ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਵੀਰ ਜੱਸਾ ਬਰਾੜ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ। ਵੀਰੋ, ਇਹ ਜੋ ਬੁੱਲ ਤੁਸੀਂ ਦੇਖ ਰਹੇ ਹੋ ਇਹ ਸਿੱਧੂ ਸਟੱਡ ਫਾਰਮ ਦਾ ਮਹਾਰਾਜਾ ਬੁੱਲ ਹੈ, M29 ਦਾ ਬੱਚਾ ਹੈ ਅਤੇ ਇਹਦੀ ਮਦਰ ਦਾ ਬਹੁਤ ਸੋਹਣਾ ਦੁੱਧ ਦੇ ਵਿੱਚ ਰਿਕਾਰਡ ਰਿਹਾ ਅਤੇ ਤੁਸੀਂ ਦੇਖ ਸਕਦੇ ਹੋ ਬੁੱਲ ਵੀ ਬਹੁਤ ਜ਼ਿਆਦਾ ਸੋਹਣਾ। ਅਤੇ ਦੋਸਤੋ, ਚੱਲਦੀ ਚੱਲਦੀ ਇਸ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਕਮੈਂਟ ਕਰਕੇ ਦੱਸਿਓ ਵੀਡੀਓ ਦੇਖ ਕੇ ਵੀ ਕਿੱਦਾਂ ਦੀ ਲੱਗੀ, ਅਤੇ ਸਾਡੇ ਚੈਨਲ ਬਰਾੜ ਵਲੌਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਕਿਉਂਕਿ ਤੁਹਾਡੇ ਸਬਸਕ੍ਰਿਪਸ਼ਨਾਂ ਸਿਰ 'ਤੇ ਹੀ ਚੈਨਲ ਨੇ ਗਰੋ ਕਰਨਾ। ਤੁਹਾਡਾ ਆਪਦਾ ਚੈਨਲ ਹੈ, ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ। ਪਹਿਲਾਂ ਦੀਆਂ ਵੀਡੀਓ 'ਚ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਇਸ ਵੀਡੀਓ ਨੂੰ ਬਹੁਤ ਜ਼ਿਆਦਾ ਮੈਨੂੰ ਉਮੀਦ ਹੈ ਕਿ ਤੁਸੀਂ ਪਿਆਰ ਦਿਓਗੇ, ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਅਤੇ ਜੇ ਵੀਡੀਓ ਚੰਗੀ ਲੱਗਦੀ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਜੋ ਵੀਰ ਸਾਡੇ ਤੱਕ ਨਹੀਂ, ਸਾਡੇ ਚੈਨਲ ਤੱਕ ਨਹੀਂ ਅਪਰੋਚ ਕਰ ਪਾਉਂਦੇ, ਨਹੀਂ ਪਹੁੰਚ ਪਾਉਂਦੇ, ਤਾਂ ਉਹਨਾਂ ਨੂੰ ਵੀ ਜ਼ਰੂਰ ਮੌਕਾ ਦਿਆ ਕਰੋ ਇੱਦਾਂ ਦੀਆਂ ਖੂਬਸੂਰਤ ਚੀਜ਼ਾਂ ਦੇਖਣ ਦਾ। ਆਓ ਤੁਹਾਨੂੰ ਲੈ ਚੱਲਦੇ ਹਾਂ ਵੀਡੀਓ ਵੱਲ। ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਜੱਸਾ ਬਰਾੜ। ਵੀਰੋ, ਜਿਵੇਂ ਕਿ ਤੁਹਾਨੂੰ ਪਤਾ, ਮੈਂ ਜੋ ਮੇਰੀ ਜਗਿਆਸਾ ਰਹਿੰਦੀ ਹੈ ਹਮੇਸ਼ਾ ਕਿ ਚੰਗੇ ਤੋਂ ਚੰਗੇ ਜਿੰਨੇ ਜਾਨਵਰ ਹੈ ਪੰਜਾਬ 'ਚ, ਰਾਜਸਥਾਨ, ਹਰਿਆਣੇ 'ਚ, ਜੋ ਆਪਣੇ ਨੌਰਥ ਇੰਡੀਆ 'ਚ ਚੰਗੇ ਜਾਨਵਰ ਹੈ, ਉਹ ਮੈਂ ਤੁਹਾਡੇ ਰੂਬਰੂ ਕਰਾਂ। ਅਤੇ ਅੱਜ ਮੈਂ ਆਇਆ ਹੋਇਆ ਸੀ ਬਾਈ ਬਲਵੰਤ ਸਿੱਧੂ ਦੇ ਫਾਰਮ 'ਤੇ, ਅਤੇ ਬਲਵੰਤ ਬਾਈ ਦੇ ਛੋਟੇ ਬ੍ਰਦਰ ਨੇ ਪਿੱਛੇ ਖੜ੍ਹੇ ਮੇਰੇ, ਅਤੇ ਪਿੱਛੇ ਉਹਨਾਂ ਦਾ ਬਹੁਤ ਹੀ ਸੋਹਣਾ ਬੁੱਲ ਹੈ, ਕਿਉਂਕਿ ਬਲਵੰਤ ਬਾਈ ਨੂੰ ਜਿੰਨਾ ਘੋੜਿਆਂ ਦਾ ਸ਼ੌਂਕ ਹੈ ਅਤੇ ਉਹਨਾਂ ਦੇ ਛੋਟੇ ਬ੍ਰਦਰ ਨੂੰ ਓਨਾ ਹੀ ਜ਼ਿਆਦਾ ਡੇਅਰੀ ਫਾਰਮਿੰਗ ਦੇ ਖੇਤਰ ਦੇ ਵਿੱਚ ਗਾਵਾਂ ਦਾ, ਚੰਗੀਆਂ ਮੱਝਾਂ ਰੱਖਣ ਦਾ ਸ਼ੌਂਕ ਹੈ। ਅਤੇ ਦੋਸਤੋ, ਆਓ ਗੱਲ ਕਰਦੇ ਹਾਂ ਵੀਰ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਕੀ ਹਾਲ ਨੇ ਜੀ? ਅਤੇ ਬ੍ਰਦਰ, ਸਭ ਤੋਂ ਪਹਿਲਾਂ ਤਾਂ ਨਾਮ ਦੱਸੋ ਆਪਣਾ। ਸੰਦੀਪ ਸਿੰਘ ਸਿੱਧੂ ਜੀ। ਸੰਦੀਪ ਸਿੰਘ ਸਿੱਧੂ ਜੀ, ਬ੍ਰਦਰ, ਜਿਵੇਂ ਬਲਵੰਤ ਬਾਈ ਨੂੰ ਘੋੜਿਆਂ ਦਾ ਬਹੁਤ ਸ਼ੌਂਕ ਹੈ ਅਤੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਂਕ ਹੈ, ਅਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜੇ ਬੁੱਲ ਨਾਲ ਤੁਸੀਂ ਇੰਟਰੋਡਿਊਸ ਕਰਾ ਰਹੇ ਹੋ ਸਾਨੂੰ, ਇਹ ਕਿਹੜਾ ਬੁੱਲ ਹੈਗਾ, ਨਾਂ ਕੀ ਇਹਦਾ? ਇਹਦਾ ਨਾਂ ਮਹਾਰਾਜਾ ਜੀ। ਮਹਾਰਾਜਾ ਵੀਰੇ, ਅਤੇ ਕਿਹੜੇ ਪਿੱਛੋਂ ਕਿਹੜੇ ਬੁੱਲ ਦਾ ਬੱਚਾ ਬਾਈ ਜੀ? ਇਹ ਸਾਰ ਯੂਨੀਵਰਸਿਟੀ ਦਾ ਬੁੱਲ ਹੈ ਜੀ, M29। M29, ਠੀਕ ਹੈ ਬਾਈ ਜੀ, ਬਹੁਤ ਸੋਹਣਾ ਬੁੱਲ ਹੈ। ਅਤੇ ਬਾਈ ਜੀ, ਕਿੰਨੀ ਏਜ ਹੋ ਗਈ ਇਸ ਟਾਈਮ? ਇਹ 4 ਸਾਲ ਦਾ ਹੋਊਗਾ ਜੀ। ਅਤੇ ਇਹਦਾ ਜੋ ਹੈ ਮਦਰ ਦਾ ਜੋ ਪਿੱਛੇ ਮਿਲਕ ਰਿਕਾਰਡ ਸੀ, ਉਹਦਾ 26+ ਸੀ। 26+ ਜੀ। ਅਤੇ ਬਾਈ ਜੀ, ਤੁਸੀਂ ਇਹਨੂੰ ਕਿਤੋਂ ਖਰੀਦਿਆ ਸੀਗਾ ਜਾਂ ਤੁਹਾਡੀ ਘਰ ਦੀ ਹੋਮ ਬਰੀਡਿੰਗ ਹੈ? ਛੋਟਾ ਖਰੀਦਿਆ ਸੀ, ਇੱਕ ਇਹਦਾ ਪਹਿਲਾਂ ਭਾਈ ਲਿਆਂਦਾ ਸੀ ਆਪਾਂ, ਉਹ ਵੀ ਪਾਲ ਕੇ ਵੱਡਾ ਕਰਿਆ ਸੀ, ਇਹ ਵੀ ਖਰੀਦਿਆ ਸੀ, ਛੋਟਾ ਖਰੀਦਿਆ ਜੀ ਜੀ। ਅਤੇ ਬ੍ਰਦਰ, ਮੋਰਾ ਬਰੀਡ 'ਚ ਆ ਗਿਆ ਹੈ ਨਾ? ਹਾਂ, ਪਿਓਰ ਮੋਰਾ ਬਰੀਡ ਹੈ ਜੀ ਜੀ ਜੀ। ਅਤੇ ਬ੍ਰਦਰ, ਕੋਈ ਰਿਜ਼ਲਟ ਆਇਆ ਇਹਦਾ, ਕੋਈ ਜੇ ਉਹਦੇ ਬੱਚੇ ਆਏ ਹੋਣ? ਬੱਚਾ ਇਹਦਾ ਜੀ 1.5 ਮਹੀਨੇ ਤਾਈਂ ਬੱਚੇ ਆ ਜਾਣਗੇ ਇਹਦੇ ਜੀ ਬਸ। ਅਤੇ ਕਿੰਨੀਆਂ ਮਤਲਬ ਕਿ ਫੀਮੇਲਸ ਹੈ ਜੋ ਬਾਈ ਜੀ ਇਸ ਤੋਂ ਕ੍ਰੋਸ ਹੋ ਗਈ? ਇਹ ਜੀ ਆਪਣੇ ਘਰ ਦੀਆਂ 4-5 ਤਾਂ, ਅਤੇ ਕੁਛ ਦੋਸਤਾਂ ਦੀਆਂ ਜਿਹੜੀਆਂ, ਵੈਸੇ ਬਾਹਰ ਤਾਂ ਆਪਾਂ ਇੰਨਾ ਛੱਡਿਆ ਨਹੀਂ ਹਜੇ ਇਹ। ਜੀ ਜੀ, ਛੱਡਦੇ ਢਿੱਲੀ ਛੱਡਦੇ, ਢਿੱਲਾ ਛੱਡੋ, ਅਤੇ ਬਸ 20 ਮੱਝਾਂ ਕ੍ਰੋਸ ਕਰਵਾਈਆਂ ਜੀ। ਅਤੇ ਜਿੰਨੀਆਂ ਮੱਝਾਂ ਕ੍ਰੋਸ ਹੋਈਆਂ ਬਾਈ ਜੀ, ਉਹਨਾਂ ਦਾ ਕੋਈ ਹੈ ਵੀ ਕਿੰਨੇ ਕਿੰਨੇ ਰਿਕਾਰਡ ਵਾਲੀਆਂ ਮੱਝਾਂ ਜੋ ਹੈ? ਮੱਝਾਂ ਤਾਂ ਜੀ 20 ਤੋਂ ਉੱਪਰ ਉੱਪਰ ਵਾਲੀਆਂ ਜੀ ਸਾਰੀਆਂ, ਜਿਹੜੀਆਂ ਤੋਂ ਕ੍ਰੋਸ ਕਰਵਾਈਆਂ, ਇੱਕ ਦੋ ਦੋ ਢਾਈ ਢਾਈ ਸਾਲ ਦੀਆਂ ਕੱਟੀਆਂ ਉਹ ਕਰਵਾਈਆਂ। ਅਤੇ ਬਾਈ, ਕਿੰਨਾ ਟਾਈਮ ਹੋ ਗਿਆ ਇਸ ਕੰਮ 'ਚ ਆਇਆਂ ਨੂੰ? ਕੰਮ 'ਚ ਆਪਾਂ ਨੂੰ 10 ਸਾਲ ਹੋ ਗਏ। ਪਹਿਲਾਂ ਆਪਣੇ ਦਾਦਾ ਜੀ ਰੱਖਦੇ ਨੇ, ਪਹਿਲਾਂ ਤਾਂ ਮੱਝਾਂ ਪਹਿਲਾਂ ਤੋਂ ਰੱਖਦੇ ਅੱਡੇ, ਅਤੇ ਪਰ ਹੁਣ ਜਿਵੇਂ ਡੈਰੀ ਦਾ ਕੰਮ ਕਰੇ 10 ਸਾਲ ਹੋ ਗਏ ਜੀ ਜੀ। ਅਤੇ ਬਾਈ ਜੀ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ 10 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਆਇਆਂ ਨੂੰ, ਤਾਂ ਬ੍ਰਦਰ ਮਤਲਬ ਕਿ ਤੁਹਾਨੂੰ ਇੰਨਾ ਕੁ ਤਾਂ ਪਤਾ ਹੀ ਹੋਊਗਾ ਵੀ ਇਹਦੇ ਬੱਚਿਆਂ ਨੇ ਅੱਗੇ ਕਿੰਨਾ ਕੁ ਦੁੱਧ ਦੇਣਾ, ਕਿੰਨਾ ਕੁ ਚੰਗਾ ਰਿਜ਼ਲਟ ਆਉਣਾ? ਇਹ ਤਾਂ ਜੀ ਵੈਸੇ ਤਾਂ ਜੋ ਇਹ ਮਾਲਾ ਜੇ ਇਹ ਜੀ ਮੰਨ ਲਓ ਉਹਦੀ ਮਾਂ, ਉਹ 'ਤੇ ਵੀ ਜ਼ਰੂਰੀ ਹੈ, ਪਰ ਇਹਦੇ ਬੱਚੇ 20 ਤੋਂ ਉੱਪਰ ਉੱਪਰ ਹੀ, ਜਿਵੇਂ 20-25 ਦੇ ਸਨਚ ਦੁੱਧ ਦੇਣਗੇ ਪਹਿਲੇ ਸੂਏ ਦੇ ਵਿੱਚ, ਪਹਿਲੇ ਸੂਏ 20 ਤੋਂ ਨੀਚੇ 20 ਦੇ ਆਸ ਪਾਸ ਜੀ ਜੀ ਜੀ। ਅਤੇ ਬਾਈ, ਹੋਰ ਕਿਹੜੇ ਕਿਹੜੇ ਜਾਨਵਰ ਆਪਣੇ ਕੋਲ? ਜਾਨਵਰ ਆਪਣੇ ਕੋਲ ਟੋਟਲ ਕਿੰਨੇ ਆ? ਟੋਟਲ ਆਪਣੇ ਕੋਲ 30 ਜਾਨਵਰ ਆ ਜੀ, 20 ਮੱਝਾਂ, 10 ਗਾਵਾਂ ਜੀ, ਇੱਕ ਇਹ ਬੋਲ। ਅਤੇ ਮੱਝਾਂ 'ਚ ਕਿਹੜੀ ਕਿਹੜੀ ਬਰੀਡ ਹੈ ਬਾਈ ਜੀ? ਮੱਝਾਂ 'ਚ ਮੋਹਰਾ ਹੀ ਆ ਜੀ ਆਪਣੇ ਕੋਲ ਜ਼ਿਆਦਾ, ਇੱਕ ਜਾਫਰਾਬਾਦੀ ਆ ਜੀ ਜੀ, ਦੂਜੇ ਮੋਹਰਾ। ਅਤੇ ਜਾਫਰਾਬਾਦੀ ਬਾਈ ਰੱਖਣ ਦਾ ਮੇਨ ਮਕਸਦ, ਕਿਉਂਕਿ ਆਪਣੇ ਐਟਮੋਸਫੀਅਰ ਦੇ ਹਿਸਾਬ ਨਾਲ ਅਤੇ ਇੱਥੇ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਰੱਖਣ? ਦਿੱਕਤ ਕੋਈ ਨਹੀਂ ਜੀ, ਆਪਾਂ ਨੂੰ ਕੋਈ ਦਿੱਕਤ ਨਹੀਂ ਆਈ, ਆਪਾਂ ਰਾਜਸਥਾਨ 'ਚੋਂ ਲਿਆਂਦੀ ਜਾਫਰਾਬਾਦੀ ਜੀ ਜੀ, ਅਤੇ ਬਹੁਤ ਵਧੀਆ ਨਸਲ ਆ ਉਹ ਵੀ ਜੀ। ਅਤੇ ਬ੍ਰਦਰ, ਇਸ ਕੰਮ 'ਚ ਘਰਦਿਆਂ ਵੱਲੋਂ ਕਿੰਨਾ ਕੁ ਸਾਥ ਹੈ? ਘਰਦੇ ਆਪਣੇ ਸਾਰੇ ਸਾਥ ਬਹੁਤ ਦਿੰਦੇ, ਆਪਣੇ ਬਜ਼ੁਰਗ ਦਾ ਬਹੁਤ ਸਾਥ ਆ ਜੀ ਜੀ। ਮੰਨ ਲਓ ਆਪਾਂ ਨਾਲ ਖੇਤੀ ਵੀ ਕਰਦੇ ਹਾਂ, ਇੱਥੇ ਬਜ਼ੁਰਗ ਵੀ ਕਰਦੇ ਨੇ ਦੇਖਭਾਲ ਜੀ ਜ਼ਿਆਦਾ। ਅਤੇ ਬ੍ਰਦਰ, ਮਤਲਬ ਕੀ ਡਾਇਟ ਵਗੈਰਾ ਹੈ ਇਹਦੀ, ਕੀ ਖੁਰਾਕ ਖਰੂਕ ਹੈ ਇਹਦੀ ਡੇਲੀ ਦੀ? ਡੇਲੀ ਦੀ ਖੁਰਾਕ ਜੀ ਇਹਦੇ ਮੰਨ ਲਓ ਜੀ, ਜਿਵੇਂ ਛੋਲਿਆਂ ਦਾ ਦਾਣਾ 3-4 ਕਿਲੋ ਜੀ, ਅਤੇ ਸੋਇਆਬੀਨ, ਅਤੇ ਸ਼ਾਮ ਨੂੰ ਜਿਵੇਂ ਦੇਸੀ ਘਿਓ ਜੀ ਜੀ ਜੀ, ਅਤੇ 2-4 ਲੀਟਰ ਦੁੱਧ ਹੀ ਹੈ। ਅਤੇ ਸਰਦੀ ਗਰਮੀ ਦੇ ਵਿੱਚ ਕੀ ਕੁਛ ਹੈ ਜਿਹੜਾ ਰਹਿਣ ਸਹਿਣ ਦਾ, ਕੀ ਖਿਆਲ ਵਗੈਰਾ ਰੱਖਿਆ ਜਾਂਦਾ? ਤਾਂ ਜੀ ਜਿਵੇਂ ਸਰਦੀ ਵਿੱਚ ਇਹਨੂੰ ਮੰਨ ਲਾ ਜਗ੍ਹਾ ਨੀਚੇ ਸੁੱਕੀ ਚਾਹੀਦੀ ਹੈ ਜੀ ਇਹਦੇ, ਜਿਵੇਂ ਜੀ, ਅਤੇ
ਸੁੱਕੀ ਜਗ੍ਹਾ ਵਾਸਤੇ ਕੀ ਕਰਦੇ ਹੋ ਬਈ ਜੀ? ਅਸੀਂ ਪਰਾਲੀ ਕੁਤਰ ਕੇ ਥੱਲੇ ਉਹ ਪਾ ਦਿੰਦੇ ਹਾਂ ਜਾਂ ਜਿਵੇਂ ਤੂੜੀ ਆ ਸੁੱਕੀ ਉਹ ਬਈ। ਤੁਹਾਡੇ ਕਹਿਣ ਦਾ ਭਾਵ ਵੀ ਜੋ ਤੁਹਾਡੇ ਖੇਤਾਂ 'ਚ ਪਰਾਲੀ ਹੁੰਦੀ ਤੁਸੀਂ ਉਹੀ ਇਕੱਠੀ ਕਰਦੇ? ਹਾਂ, ਉਹ ਇਕੱਠੀ ਕਰਕੇ ਹੀ ਮਤਲਬ ਕੁਤਰ ਕੇ ਸਾਰੇ ਪਸ਼ੂਆਂ ਥੱਲੇ ਉਹ ਪਾਉਂਦੇ ਹਾਂ ਜੀ। ਤਾਂ ਵੀਰੋ ਤੁਸੀਂ ਦੇਖੋ ਵੀ ਬਾਈ ਹੁਣੀ ਜਿਹੜੀ ਪਰਾਲੀ ਹੈ ਉਹਨੂੰ ਇਕੱਠੀ ਕਰਦੇ ਖੇਤਾਂ 'ਚੋਂ ਫਿਰ ਥੱਲੇ ਵਿਛਾਉਂਦੇ। ਇਹ ਬਹੁਤ ਵੱਡਾ ਇੱਕ ਉਪਰਾਲਾ ਵੀ ਜੋ ਪਰਾਲੀ ਨੂੰ ਅੱਗ ਨਾ ਲਾ ਕੇ ਆਪਦੇ ਘਰੇ ਪਸ਼ੂਆਂ ਦੇ ਲਈ ਹੀ ਵਰਤਿਆ ਜਾਂਦਾ ਹੈਗਾ। ਬਹੁਤ ਵਧੀਆ ਉਪਰਾਲਾ ਹੈਗਾ। ਅਤੇ ਬਾਈ ਜੀ ਇੱਕ ਮੈਂ ਗੱਲ ਹੋਰ ਜਾਣਨੀ ਚਾਹੁੰਦਾ ਵੀ ਕਈ ਬੰਦੇ ਜਦੋਂ ਹੋਰ ਮਤਲਬ ਕਿ ਹੋਰ ਵੀ ਯੂਟਿਊਬ 'ਤੇ ਆਪਾਂ ਵੀਡੀਓਜ਼ ਦੇਖਦੇ ਹਾਂ, ਕਈ ਬੰਦੇ ਕਹਿੰਦੇ ਅਸੀਂ ਕਹਿ ਦਈਏ ਇਹਨਾਂ ਨੂੰ ਵੀ ਗਾਜਰਾਂ ਪਾਉਣੇ ਆ ਅਤੇ ਆਪਾਂ ਕਹਿ ਦਈਏ ਵੀ ਸੇਬ ਪਾਉਣੇ ਆ, ਉਹ ਚੀਜ਼ਾਂ ਨਾਲ ਕੀ ਆ ਤੁਸੀਂ? ਕਿਉਂਕਿ ਰਾਈਟ 'ਚ ਦੱਸਿਆ ਨਹੀਂ ਵੀ ਅਸੀਂ ਸੇਬ ਪਾਉਣੇ ਆ। ਇਹ ਜੀ ਆਪਣੇ ਆਏ ਆ ਜੀ, ਇਹ ਤੋਂ ਮਤਲਬ ਅੱਖ ਨੂੰ ਕੋਈ ਮਰਜ਼ੀ ਆ ਕਾਪਾਂ, ਨਾ ਤਾਂ ਕਦੇ ਸੇਬ ਪਾਇਆ ਜੀ। ਗਾਜਰਾਂ ਵੀ ਥੋੜ੍ਹੀਆਂ ਬਹੁਤੀਆਂ ਜਿਵੇਂ ਮੰਨ ਲਓ ਜੀ ਜੋ ਹੁੰਦੀਆਂ ਉਹ ਜ਼ਰੂਰ ਪਾਉਣੇ ਆ, ਪਰ ਸੇਬ ਆਪਾਂ ਨਹੀਂ ਕਦੇ ਪਾਏ। ਵੈਸੇ ਜਿਹੜੇ ਖੁਰਾਕ ਹੈ ਇਹਦੀ ਦਾਣਾ ਖੁਰਾਕ ਹੈ ਜੀ ਇਹਦੀ, ਸੋਇਆਬੀਨ ਜਿਵੇਂ ਛੋਲਿਆਂ ਦਾ ਦਾਣਾ ਹੋ ਗਿਆ, ਚੰਗੀ ਤੋਂ ਚੰਗੀ ਇਹ ਪਾਓ ਜੀ, ਇਹਦੇ ਨਾਲ ਵਧੀਆ ਪਸ਼ੂ ਜਿੰਨਾ ਮਰਜ਼ੀ ਤਿਆਰ ਕਰ ਲਓ ਜੀ ਜੀ। ਅਤੇ ਬਾਈ ਜੀ 10 ਸਾਲਾਂ ਦੇ ਵਿੱਚ ਕੋਈ ਜਾਨਵਰ ਹੈ ਜੋ ਆਪਣਾ ਅੱਗੇ ਆਇਆ ਹੋਵੇ, ਕਿਸੇ ਨੇ ਨਾਮ ਜਿੱਤਿਆ ਹੋਵੇ? ਜਾਨਵਰ ਜੀ ਆਪਣਾ ਮੱਝ ਆਈ ਸੀ ਆਪਣੀ 2015 'ਚ ਮੁਕਤਸਰ ਦੂਜੇ ਨੰਬਰ 'ਤੇ ਜੀ। ਜੀ ਬਈ ਕਿੰਨਾ ਦੁੱਧ ਕੱਢਿਆ ਸੀ ਉਹਨੇ? ਉਹਨੇ 18 ਲੀਟਰ ਤੋਂ ਉੱਤੇ ਕੱਢਿਆ ਜੀ, 8 ਦਿਨਾਂ 'ਚ ਸੂਈ ਸੀ ਜੀ। ਉਦੋਂ ਬਾਅਦ 23 ਕਿਲੋ ਦੁੱਧ ਦਿੱਤਾ ਜੀ ਉਹਨੇ ਆਪਣੇ ਕੋਲ ਘਰੇ ਜੀ ਜੀ। ਅਤੇ ਬ੍ਰਦਰ ਮਤਲਬ ਕਿ ਹੋਰ ਵੀ ਕੋਈ ਅੱਗੇ ਪਹਿਲਾਂ ਬੁੱਲ ਤਿਆਰ ਕਰ ਕੀ ਕੀਤਾ ਸੀ ਜੀ? ਆਪਣਾ ਬੋਲ ਜੀ ਐਮ ਜੋ ਉੱਤੇ ਰਾਜਸਥਾਨ 'ਚ ਗਿਆ ਭੀਮ ਜੀ ਜੈਪੁਰ, ਉਹਨੇ ਬਹੁਤ ਵਧੀਆ ਨਾਮ ਕਮਾਇਆ ਜੀ, ਇਹਦਾ ਭਾਈ ਆ ਜੀ ਜੀ ਜੀ। ਇਸ ਏਰੀਆ ਇਸ ਵਾਰ ਸਾਨੂੰ ਪੁਸ਼ਕਰ ਵੀ ਉਹ ਬੁੱਲ ਦੇਖਣ ਨੂੰ ਮਿਲਿਆ ਉੱਥੇ, ਅਤੇ ਉਹ ਇਹਦਾ ਮਤਲਬ ਕਿ ਰੀਅਲ ਬ੍ਰਦਰ ਆ? ਹਾਂਜੀ ਹਾਂਜੀ ਜੀ ਜੀ ਜੀ। ਅਤੇ ਬ੍ਰਦਰ ਬਹੁਤ ਸੋਹਣਾ ਬੁੱਲ ਹੈ, ਕਦੇ ਵੇਚਣ ਦਾ ਮਨ ਨਹੀਂ ਆਇਆ? ਨਹੀਂ ਜੀ, ਅਜੇ ਵੇਚਣ ਦਾ ਕੋਈ ਮਨ ਨਹੀਂ। ਅਤੇ ਕਦੇ ਕਿਸੇ ਨੇ ਲਾਏ ਹੋਣ ਪੈਸੇ ਵੀ? ਇੰਨੇ ਪੈਸੇ ਲਾਏ ਤਾਂ ਜੀ, ਪੈਸੇ ਮੰਗ ਰਹੇ ਆ ਪਰ ਹਜੇ ਵਿਕਾਊ ਨਹੀਂ ਜੀ ਆਪਣਾ। ਅਤੇ ਕਿੰਨਾ ਮੁੱਲ ਲੱਗਿਆ ਬਾਈ ਜੀ? ਮੁੱਲ ਜਿਹਦਾ ਆਪਾਂ ਨੂੰ 22 ਲੱਖ ਰੁਪਇਆ ਲੱਗ ਗਏ ਜੀ ਜੀ ਜੀ। ਅਤੇ ਬ੍ਰਦਰ ਮਤਲਬ ਕਿ ਇਹਦੀ ਸਾਂਭ ਸੰਭਾਲ ਵਾਸਤੇ ਕੋਈ ਬੰਦੇ ਵਗੈਰਾ ਰੱਖਿਓ ਤੁਸੀਂ? ਆਪ ਹੀ ਹੱਥੀ ਕਰਦੇ? ਨਹੀਂ, ਆਪ ਵੀ ਕਰਦੇ ਹਾਂ ਜੀ, ਬੰਦੇ ਵੀ ਆ ਨਾਲ, ਸਾਰਾ ਅਸੀਂ ਆਪ ਵੀ ਨਾਲ ਲੱਗ ਕੇ ਕਰਦੇ ਹਾਂ ਜੀ ਜੀ ਜੀ। ਅਤੇ ਬ੍ਰਦਰ ਇਹਦੀ ਫਿਟਨੈਸ ਵਾਸਤੇ, ਕਿਉਂਕਿ ਬੁੱਲ ਬਹੁਤ ਜ਼ਿਆਦਾ ਫਿੱਟ ਆ, ਕਈ ਹੁੰਦੇ ਮਤਲਬ ਕਿ ਜ਼ਿਆਦਾ ਡੇਅਰੀ ਫਾਰਮਰਸ ਰਾਜੀ ਕਰਨ 'ਤੇ ਜ਼ਿਆਦਾ ਜ਼ੋਰ ਦੇ ਦਿੰਦੇ ਆ? ਇਹ ਹੀ ਆਏ ਆ ਜੀ, ਮਤਲਬ ਰੋਜ਼ਾਨਾ ਜਿਵੇਂ 2-3 ਕਿਲੋਮੀਟਰ ਤੋਰ ਕੇ ਲਿਆਉਣੇ ਜੀ ਇਹਨੂੰ, ਜਿਵੇਂ ਇੱਥੇ ਮਤਲਬ ਬਾਂਹ ਛੱਡ ਕੇ ਮਿੱਟੀ ਲਾ ਕੇ ਉਹਦੇ ਉੱਤੇ ਲਿਟ ਲੁੱਟ ਕੇ ਵਧੀਆ ਹੀ ਖੁਸ਼ ਰਹਿੰਦਾ ਹੈ ਜੀ ਜੀ ਜੀ। ਲਿਟਣ ਬਾਰੇ ਤੁਸੀਂ ਕੀ ਮੰਨਦੇ ਹੋ ਵੀ ਲਿਟਣਾ ਕਿਉਂ ਜ਼ਰੂਰੀ ਹੈ ਪਸ਼ੂ ਵਾਸਤੇ? ਇੱਕ ਤਾਂ ਧੌਣ ਆ, ਜਿਵੇਂ ਆਹ ਧੌਣ ਬਹੁਤ ਵਧੀਆ ਬਣਦੀ ਹੈ, ਜਿਵੇਂ ਜ਼ੋਰ ਲਾਉਂਦਾ ਜੀ ਸਾਣ ਜੀ ਮੱਲਾ, ਅਤੇ ਇੱਕ ਮੱਲਾ ਫਿਟਿੰਗ ਮੱਲਾ, ਸਰੀਰ ਖੁਸ਼ ਹੋ ਜਾਂਦਾ ਜੀ ਜਿਵੇਂ ਮੱਲਾ ਜੀ ਜੀ ਜੀ। ਅਤੇ ਮਤਲਬ ਕਿ ਬਾਈ ਜੀ ਡਾਕਟਰ ਕਿਹੜਾ ਮਤਲਬ ਕਿ ਤੁਸੀਂ ਤੁਹਾਡੇ ਫਾਰਮ 'ਤੇ ਆਉਂਦਾ ਜੋ ਇਹਨਾਂ ਦੀ ਦੇਖਭਾਲ ਕਰਨ ਲਈ, ਕਿ ਤੁਸੀਂ ਆਪ ਹੀ ਮੈਡੀਕਲੀ? ਵੈਸੇ ਤਾਂ ਜੀ ਮਤਲਬ ਆਪਣੇ ਪਿੰਡ 'ਚੋਂ ਹੀ ਵੈਸੇ ਡਾਕਟਰ, ਵੈਸੇ ਪਰ ਆਪਣੇ ਬਾਈ ਨੂੰ ਪਤਾ ਬਲਵੰਤ ਨੂੰ ਦੱਸ ਦਿੰਦਾ ਦਵਾਈਆਂ ਦਵਾਈਆਂ ਜੋ ਦੇਣੀਆਂ ਹੁਣ ਜੀ ਜੀ ਜੀ। ਅਤੇ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅਤੇ ਇੱਕ ਲਾਸਟ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਦੁਆਰਾ ਕੋਈ ਮੰਗ ਜਾਂ ਕੋਈ ਤੁਸੀਂ ਦੂਸਰੇ ਬੰਦਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਜਿਹੜੇ ਡੇਅਰੀ ਦਾ ਕਿੱਤਾ ਛੱਡ ਰਹੇ ਆ ਅਤੇ ਬਾਹਰਲੇ ਦੇਸ਼ਾਂ ਨੂੰ ਜਿਹੜੇ ਆਪਣੇ ਜਵਾਨ ਜਾ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਬਾਰੇ ਤਾਂ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਜੀ, ਮਤਲਬ ਜਾਨਵਰ ਪਾਲਣਾ ਚੰਗਾ ਪਾਲੋ ਜੀ, ਮਾੜਾ ਪਸ਼ੂ ਰੱਖੇ ਦਾ ਕੋਈ ਫਾਇਦਾ ਨਹੀਂ ਜੀ। ਜਿਵੇਂ ਮੱਝ ਵੀ ਰੱਖਣੀ ਆ ਕੋਈ ਮਾੜੀ ਨਾ ਰੱਖੋ ਜੀ, ਮਤਲਬ 15 ਲੀਟਰ ਤੋਂ ਉੱਤੋਂ ਉੱਪਰ ਮੱਝ ਹੋ ਗਈ ਉਹ ਰੱਖੇ ਦਾ ਫਾਇਦਾ। ਕਈ ਆਪਾਂ ਜੀ ਮਤਲਬ ਪਾਲ ਲੈਂਦੇ ਹਾਂ, ਮਤਲਬ ਕਈ ਬਾਈ ਪਾਲਦੇ ਆ ਝੋਟੀਆਂ, ਮਤਲਬ ਉਹ ਸੌ ਕੇ ਵੀ ਮਤਲਬ 50,000 ਦੀ ਵਿਕਦੀ ਆ ਜੀ, ਆਪਣੀ ਮਤਲਬ 1.5 ਲੱਖ ਦੇ ਉੱਤੇ ਉੱਤੇ ਝੋਟੀਆਂ ਵਿਕਦੀਆਂ ਜਿਹੜੀਆਂ ਆਪਾਂ ਪਾਲਦੇ ਹਾਂ ਜੀ ਜੀ ਜੀ। ਅਤੇ ਬ੍ਰਦਰ 2 ਕੁ ਗੱਲਾਂ ਅਸੀਂ ਬਾਪੂ ਜੀ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗੇ। ਅਤੇ ਬਾਪੂ ਜੀ ਕੀ ਨਾਮ ਹੈ ਆਪਣਾ? ਨਾਜਰ ਸਿੰਘ ਜੀ। ਨਾਜਰ ਸਿੰਘ ਜੀ, ਅਤੇ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਪਸ਼ੂਆਂ ਦੇ ਕੰਮ 'ਚ ਆਏ ਨੂੰ? ਕਿਉਂਕਿ ਤੁਹਾਡਾ ਵੱਡਾ ਬੇਟਾ ਘੋੜੀਆਂ ਦਾ ਸ਼ੌਂਕ ਰੱਖਦਾ, ਛੋਟਾ ਮੱਝਾਂ ਗਾਵਾਂ ਦਾ। ਜੋ ਕੰਮ ਚਲਾਇਆ 14 ਸਾਲ ਦਾ ਸੀ ਜੀ, ਸਿਰਫ 200 ਦੀ ਝੋਟੀ ਲਈ ਸੀ ਜੀ ਉਹਨਾਂ ਵੇਲੇ ਜੀ, ਉੱਥੋਂ ਇਹੋ ਜਿਹਾ ਕੰਮ ਚਲਾਇਆ। ਪਹਿਲਾਂ ਅਸੀਂ ਚਾਲੀ ਪੰਜਾਹ ਹੁਣ ਫਿਰ ਦੁਬਾਰੇ ਉਹਨੇ ਮੁੰਡੇ ਘੋੜੀਆਂ ਚਲਾ ਲਿਆ, ਫਿਰ ਚਾਹੀਦਾ ਫਿਰ ਚਲਾ ਲਿਆ। ਅਤੇ ਤੁਹਾਨੂੰ ਮਤਲਬ ਕਿ ਜਦੋਂ ਤੁਹਾਡੇ ਵੱਡੇ ਬੇਟੇ ਦੇ ਜੋ ਹੈ ਘੋੜੇ ਹੈ ਮੇਲਿਆਂ ਦੇ ਵਿੱਚ ਜਾ ਕੇ ਜਿੱਤਦੇ ਹੈ, ਛੋਟਾ ਬੇਟਾ ਤੁਹਾਡਾ ਮੱਝਾਂ ਤਿਆਰ ਕਰਦਾ, ਉਹ ਵੀ ਬੜੀਆਂ ਸਟਾਰ ਬਾਈ ਨੇ ਦੱਸਿਆ ਕਿ ਜਿੱਤਦੀ ਹੈ ਮੇਲਿਆਂ ਜਾ ਕੇ, ਤਾਂ ਕਿੰਨੀ ਕੁ ਖੁਸ਼ੀ ਹੁੰਦੀ ਹੈ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਕਿਉਂਕਿ ਜਦੋਂ ਘਰੇ ਪੁੱਤ ਦਾ ਮਿਹਣਾ ਆ ਜਾਵੇ ਵੀ ਹਾਂ ਤੁਹਾਡਾ ਪੁੱਤ ਇਹ ਕਰਦਾ ਨਸ਼ੇ ਕਰਦਾ, ਉਹਦੇ ਨਾਲੋਂ ਤੁਸੀਂ ਕਿੰਨਾ ਕੁ ਚਾਹੁੰਦੇ ਹੋ ਵੀ ਕਿੰਨੀ ਕੁ ਖੁਸ਼ੀ ਹੁੰਦੀ ਹੈ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਅਤੇ ਤੁਸੀਂ ਮਤਲਬ ਕਿ ਬਾਈ ਨੇ ਦੱਸਿਆ ਵੀ ਫਾਰਮ 'ਚ ਵੀ ਪੂਰਾ ਨਾਲ ਕੰਮ ਕਰਾਉਂਦੇ ਹੋ, ਅਤੇ ਬਾਪੂ ਜੀ ਕੀ ਦੱਸ ਚਾਹੋਗੇ ਵੀ ਅੱਜ ਕੱਲ੍ਹ ਜੋ ਹੈ ਸਿਹਤ ਬਹੁਤ ਖਰਾਬ ਹੋ ਰਹੀ ਹੈ ਮਤਲਬ ਕਿ ਨੌਜਵਾਨਾਂ ਦੀ, ਦੇਖ ਲਈ ਆਪਾਂ ਕੰਮ ਕਰਨ ਕਾਹਨੂੰ ਖਰਾਬ ਹੋਵੇ? ਠੀਕ ਹੈ ਜੀ, ਠੀਕ ਹੈ ਠੀਕ ਹੈ। ਅਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਸਾਡੇ ਨਾਲ ਇੰਟਰਵਿਊ ਕਰਨਾ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹ ਸੀਗਾ ਬੁੱਲ ਰਾਜਾ ਮਹਾਰਾਜਾ ਜੋ ਬਲਵੰਤ ਸਿੱਧੂ ਬਾਈ ਦੇ ਛੋਟੇ ਬ੍ਰਦਰ ਕੋਲ ਰੱਖਿਆ ਹੋਇਆ ਸਿੱਧੂ ਸਟੱਡ ਫਾਰਮ ਦੇ ਉੱਤੇ, ਬਹੁਤ ਸੋਹਣਾ ਬੁੱਲ ਆ।